ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਨਿਊਜ਼ ਅਪਡੇਟ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਸੂਬੇ ਪੰਜਾਬ ਦੀਆਂ ਵੱਡੀਆਂ ਚੋਣਵੀਆਂ ਖਬਰਾਂ ਦਾ ਸਪੈਸ਼ਲ ਬੁਲੇਟਿਨ ਪ੍ਰਾਈਮ ਟਾਈਮ ਲੈ ਕੇ ਹਾਜ਼ਰ ਹਾਂ ਜੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਿਓ ਤਾਂ ਜੋ ਤੁਹਾਡੇ ਤੋਂ ਸੂਬੇ ਪੰਜਾਬ ਦੀ ਕੋਈ ਵੀ ਨਿੱਕੀ ਅਤੇ ਵੱਡੀ ਖਬਰ ਮਿਸ ਨਾ ਹੋਵੇ ਦੋਸਤੋ ਸ਼ੁਰੂਆਤ ਕਰਦੇ ਹਾਂ ਪੰਜਾਬ ਸਰਕਾਰ ਦਾ ਵੱਡਾ ਫੈਸਲਾ ਹੁਣ ਜਾਇਦਾਦ ਮਾਲਕਾਂ ਨੂੰ 15 ਦਿਨਾਂ ਦੇ ਵਿੱਚ ਮਿਲੇਗੀ ਐਨਓਸੀ ਪੰਜਾਬ ਦੇ ਇਸ ਲੋਕਾਂ ਨੂੰ ਜ਼ਾਇਦਾਦ ਦੀ ਖਰੀਦੋ-ਫਰੋਖਤ ਦੌਰਾਨ ਹੋਣ ਵਾਲੇ ਝਗੜੇ ਅਤੇ ਮੁਕਦਮੇਬਾਜ਼ੀ ਤੋਂ ਬਚਾਉਣ ਲਈ ਵਿੱਤ ਮੰਤਰੀ ਐਡਵੋਕੇਟ ਹਰਪਾਲ ਚੀਮਾ ਦੇ ਅਤੇ ਮਾਲ ਮੰਤਰੀ ਬ੍ਰਹਮਸ਼ੰਕਰ ਜੰਪਾ ਨੇ ਵੀਰਵਾਰ ਨੂੰ ਉੱਚ ਪੱਧਰੀ ਮੀਟਿੰਗ ਦਰਾਰ ਐਨਓਸੀ ਦੀ ਪ੍ਰਕਿਰਿਆ ਨੂੰ 21 ਦਿਨਾਂ ਤੋਂ ਘਟਾ ਕੇ 15 ਕੰਮਕਾਜੀ ਦਿਨਾਂ ਦੇ ਕਰਨ ਦਾ ਫੈਸਲਾ ਲਿਆ ਹੈ ਪੰਜਾਬ ਭਵਨ ਦੇ ਵਿੱਚ ਹੋਈ ਇਸ ਮੀਟਿੰਗ ਦੌਰਾਨ ਵਿੱਤ ਮੰਤਰੀ ਹਰਪਾਲ ਜੀਮਾ ਨੇ ਸੁਝਾਅ ਦਿੱਤਾ ਹੈ ਕਿ ਫੈਸਲਾ ਵਧੀਆ ਹੈ। ਪ੍ਰਵਾਸੀ ਭਾਰਤੀਆਂ ਤੇ ਹੋਰ ਨਾ ਅਜਿਹੇ ਵਿਅਕਤੀ ਜਿਨ੍ਹਾਂ ਕੋਲੇ ਸਮੇਂ ਦੀ ਘਾਟ ਹੁੰਦੀ ਆ ਦੀ ਸਹੂਲਤ ਲਈ ਤਤਕਾਲ ਸੁਵਿਧਾ ਤਹਿਤ ਐਨਓਸੀ ਦੀ ਪ੍ਰਕਿਰਿਆ ਲਈ ਸਮਾਂ 5 ਦਿਨ ਦਾ ਹੋਵੇਗਾ। ਵਿੱਤ ਮੰਤਰੀ ਨੇ ਕਿਹਾ ਕਿ ਸੁਵਿਧਾ ਤਹਿਤ ਪ੍ਰਵਾਸੀ ਭਾਰਤੀ ਜਾਂ ਉਹਨਾਂ ਦੇ ਉਹ ਵਿਅਕਤੀ ਜੋ ਇਸ ਸਹੂਲਤ ਨੂੰ ਜਲਦੀ ਹਾਸਲ ਕਰਨਾ ਚਾਹੁੰਦੇ ਨੇ ਕੁਝ ਵੱਧ ਫੀਸ ਅਦਾ ਕਰਕੇ 5 ਦਿਨਾਂ ਦੇ ਵਿੱਚ ਐਨਓਸੀ ਹਾਸਲ ਕਰ ਸਕਣਗੇ 90000 ਮਰੇ ਹੋਏ ਬੰਦੇ ਲੈ ਰਹੇ ਸੀ ਪੈਨਸ਼ਨ ਹੁਣ ਹਰ ਮਹੀਨੇ ਪੰਜਾਬ ਨੂੰ ਹੋਵੇਗੀ 13 ਕਰੋੜ ਦੀ ਬਚਤ ਬਜ਼ੁਰਗਾਂ ਤੇ ਦਿਵਾਵਾ ਆਸ਼ਰਿਤ ਬੱਚਿਆਂ ਤੇ ਦਿਵਿਆਂਗਾਂ ਦੀਆਂ ਪੈਨਸ਼ਨਾਂ ਸੰਬੰਧੀ ਪੰਜਾਬ ਦੇ ਸਰਕਾਰੀ ਸਮਾਜਿਕ ਸੁਰੱਖਿਆ ਔਸਤਰੀ ਬਾਲ ਵਿਕਾਸ ਵਿਭਾਗ ਦੀ ਮੰਤਰੀ ਡਾਕਟਰ ਬਲਜੀਤ ਕੌਰ ਦੇ ਹੁਕਮਾਂ ਤੇ ਇਹੋ ਸਰਵੇ ਦੇ ਨਾਲ 90000 248 ਲਾਪਾਤਰੀਆਂ ਦੀ شناخت ਕਰਕੇ ਸਰਕਾਰ ਨੂੰ ਪ੍ਰਤੀ ਮਹੀਨਾ 14 ਕਰੋੜ ਰੁਪਏ ਦੀ ਬਚਤ ਹੋਵੇਗੀ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਦੇ 30 ਲੱਖ 46000 ਲਾਪਾਤਰੀਆਂ ਦਾ ਸਰਵੇ ਕਰਵਾਇਆ ਗਿਆ ਤੇ ਇਸ ਦੇ ਮੁਕੰਮਲ ਹੋਣ ਤੇ 90248 ਮਰਦਕ ਲਾਪਾਤਰੀਆਂ ਦੀ شناخت ਹੋਈ ਹੈ ਸਾਲਾਨਾ 163 ਕਰੋੜ ਰੁਪਏ ਦੀ ਬਚਤ ਹੋਵੇਗੀ ਐਨਜੀਟੀ ਦਾ ਜੁਰਮਾਨਾ ਅਦਾ ਕਰਨ ਲਈ ਪੰਜਾਬ ਸਰਕਾਰ ਨੇ ਖੜੇ ਕੀਤੇ ਹੱਥ ਵੱਡੀ ਖਬਰ ਹੈ ਜੀ ਪਰ ਉਸ ਤੋਂ ਪਹਿਲਾਂ ਨਿੱਕੀ ਜੀ ਬੇਨਤੀ ਆ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬਰ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ ਦੋਸਤੋ ਤੁਹਾਡਾ ਇੱਕ ਇੱਕ ਲਾਈਕ ਸਬਸਕ੍ਰਾਈਬਰ ਤੇ ਸ਼ੇਅਰ ਹੀ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਹੈ ਜੀ ਨੈਸ਼ਨਲ ਗ੍ਰੀਨ ਟ੍ਰਿਬਿਨਲ ਵੱਲੋਂ ਵਾਤਾਵਰਨ ਨੂੰ ਨੁਕਸਾਨ ਪਹੁੰਚਾਉਣ ਵਾਲੇ ਠੋਸ ਅਤੇ ਤਰਲ ਰਹਿੰਦ-ਖੂੰਦ ਦਾ ਸਹੀ ਢੰਗ ਨਾਲ ਪ੍ਰਬੰਧਨਾ ਕਰਨ ਤੇ ਪੰਜਾਬ ਸਰਕਾਰ ਨੂੰ 2000 ਕਰੋੜ ਰੁਪਏ ਤੋਂ ਵੱਧ ਦਾ ਜੁਰਮਾਨਾ ਲਾਇਆ ਗਿਆ ਸੀ ਇਸ ਜੁਰਮਾਨੇ ਨੂੰ ਉਦਾ ਕਰ ਲਈ ਪੰਜਾਬ ਸਰਕਾਰ ਨੇ ਆਪਣੇ ਦੋਵੇਂ ਹੱਥ ਖੜੇ ਕਰ ਦਿੱਤੇ ਨੇ 2000 ਕਰੋੜ ਰੁਪਏ ਦਾ ਵੱਧ ਦਾ ਇੱਕ ਮੁਸਤ ਜੁਰਮਾਨਾ ਦਾ ਕਰਨ ਤੋਂ ਪੰਜਾਬ ਸਰਕਾਰ ਨੇ ਇਨਕਾਰ ਕਰ ਦਿੱਤਾ ਤੇ ਇਸ ਸੰਬੰਧੀ ਮਾੜੇ ਆਰਥਿਕ ਹਾਲਾਤ ਦਾ ਹਵਾਲਾ ਦਿੰਦੇ ਹੋਏ ਮੁੱਖ ਸਕੱਤਰ ਨੇ ਵਕਫ ਵਕਫ ਵਿਭਾਗਾਂ ਦੇ ਨਾਲ ਮੀਟਿੰਗ ਕੀਤੀ ਹੈ ਪੰਜਾਬ ਦੇ ਘਰੇਲੂ ਖਪਤਕਾਰ ਜਰਾ ਧਿਆਨ ਦਿਨ ਬਿਜਲੀ ਬਿੱਲਾਂ ਨੂੰ ਲੈ ਕੇ ਆਈ ਵੱਡੀ ਖਬਰ ਪੰਜਾਬ ਰਾਜ ਦੇ ਘਰੇਲੂ ਖਪਤਕਾਰ ਗੈਰ ਰਹਾਇਸ਼ੀ ਖਪਤਕਾਰਾਂ ਲਈ ਹੁਣ ਬਿਜਲੀ ਦੇ ਬਿੱਲ ਮਹੀਨੇਵਾਰ ਆਉਣੇ ਸ਼ੁਰੂ ਹੋਣਗੇ ਹਾਲਾਂਕਿ ਇਹ ਸਪਸ਼ਟ ਨਹੀਂ ਹੈ ਕਿ ਇਹ ਸਕੀਮ ਕਦੋਂ ਤੋਂ ਲਾਗੂ ਹੋਵੇਗੀ ਪਰ ਪੰਜਾਬ ਦੇ ਪਾਵਰਕਾਮ ਦੇ ਚੀਫ ਇੰਜੀਨੀਅਰ ਕਮਰਸ਼ੀਅਲ ਅਧੇ ਇਸ ਸਬੰਧੀ ਸਾਰੇ ਇੰਜੀਨੀਅਰ ਇਨ ਚੀਫ ਚੀਫ ਇੰਜੀਨੀਅਰ ਡੀਐਸ ਅਤੇ ਚੀਫ ਇੰਜੀਨੀਅਰ ਆਈਟੀ ਨੂੰ ਮਨਜ਼ੂਰੀ ਸਰਕੂਲਰ ਜਾਰੀ ਕਰ ਦਿੱਤਾ ਤੇ ਸਰਕੂਲਰ ਅਨੁਸਾਰ ਸਾਰੇ ਘਰੇਲੂ ਬਿਜਲੀ ਖਪਤਕਾਰਾਂ ਤੇ ਗੈਰ ਰਹਾਸੀ ਖਪਤਕਾਰਾਂ ਦੇ ਮਹੀਨੇਵਾਰ ਬਿਜਲੀ ਖਪਤਕਾਰਾਂ ਦੇ ਬਿੱਲ ਜਾਰੀ ਕਰਨ ਦਾ ਫੈਸਲਾ ਕੀਤਾ ਗਿਆ ਜਿਨ੍ਹਾਂ ਦਾ ਬਿਜਲੀ ਲੋਡ 7 ਕਿਲੋਵਾਟ ਤੋਂ 10 ਕਿਲੋਵਾਟ ਦੇ ਵਿੱਚ ਹੈ 10 ਕਿਲੋਵਾਟ ਤੋਂ ਵੱਧ ਬਿਜਲੀ ਲੋਡ ਵਾਲੇ ਖਪਤਕਾਰਾਂ ਨੂੰ ਮਹੀਨੇਵਾਰ ਬਿਜਲੀ ਬਿੱਲ ਪਹਿਲਾਂ ਹੀ ਜਾਰੀ ਕੀਤੇ ਜਾ ਰਹੇ ਹਨ ਤੇ ਸਬੰਧੀ ਅਪਣਾਈਆਂ ਜਾਣ ਵਾਲੀਆਂ ਵਿਭਾਗੀ ਪ੍ਰਕਿਰਿਆਵਾਂ ਬਾਰੇ ਵੀ ਸਰਕੂਲਰ ਦੀ ਜਾਣਕਾਰੀ ਦਿੱਤੀ ਗਈ ਹੈ। 1984 ਚ ਪਿਤਾ ਨੇ ਰਾਤ ਤੋਂ ਰਾਤ ਛੱਡ ਦਿੱਤਾ ਸੀ ਪੰਜਾਬ ਅੱਜ ਪੁੱਤਰ ਭਾਰਤ ਖਿਲਾਫ ਉਤਾਰਿਆ ਮੈਦਾਨ ਦੇ ਵਿੱਚ ਸੋ ਵੱਡੀ ਖਬਰ ਆ ਜੀ ਭਾਰਤ ਅਤੇ ਨੀਦਰਲੈਂਡ ਆਮੋ ਸਾਹਮਣੇ ਨੇ ਨੀਦਰਲੈਂਡ ਦੇ ਪਲੇਇੰਗ 11 ਦੇ ਵਿੱਚ ਸ਼ਾਮਲ ਵਿਕਰਮਜੀਤ ਸਿੰਘ ਭਾਰਤੀ ਮੂਲ ਦਾ ਤੇ 19 ਸਾਲਾ ਵਿਕਰਮਜੀਤ ਸਿੰਘ ਨੀਦਰਲੈਂਡ ਦੀ ਸਲਾਮੀ ਬਦਲੇਬਾਜ਼ ਹੈ ਉਸ ਦਾ ਜੱਦੀ ਪਿੰਡ ਪੰਜਾਬ ਚਾ ਤੇ ਉਸ ਦੇ ਪਿਤਾ ਮਹਿਜ 5 ਸਾਲ ਦੇ ਸਨ ਜਦੋਂ ਉਹਨਾਂ ਨੇ ਰਾਤੋ ਰਾਤ ਪੰਜਾਬ ਛੱਡ ਤਸੀ 1980 ਦੇ ਵਿੱਚ ਵਿਕਰਮਜੀਤ ਦੇ ਦਾਦਾ ਖੁਸ਼ੀ ਚੀਮਾ ਨੇ ਪੰਜਾਬ ਦੇ ਵਿੱਚ ਵਧ ਰਹੀ ਬਗਾਵਤ ਕਾਰਨ ਪੰਜਾਬ ਨੂੰ ਛੱਡਣ ਦਾ ਫੈਸਲਾ ਕੀਤਾ ਸੀ ਤਾਨੂੰ ਦੱਸਦੀ ਹੈ ਕਿ ਵਿਕਰਮਜੀਤ ਦਾ ਜਨਮ ਵੀ ਉਹਨਾਂ ਦੇ ਜੱਦੀ ਪਿੰਡ ਚੀਮਾ ਖੁਰਦ ਵਿੱਚ ਹੋਇਆ ਉਹ 7 ਸਾਲ ਇੱਥੇ ਰਿਹਾ ਉਸ ਤੋਂ ਬਾਅਦ ਉਹ ਨੀਦਰਲੈਂਡ ਚਲਾ ਗਿਆ ਬੀਸੀਸੀਆਈ ਨੇ ਮਹਿਲਾ ਕ੍ਰਿਕਟਰਾਂ ਨੂੰ ਦਿੱਤਾ ਦੀਵਾਲੀ ਦਾ ਵੱਡਾ ਤੋਹਫਾ ਹੁਣ ਪੁਰਸ਼ ਟੀਮ ਦੇ ਬਰਾਬਰ ਮਿਲੇਗੀ ਤਨਖਾਹ ਬੀਸੀਸੀਆਈ ਦੇ ਇਕrar ਨਾਮੇ ਵਾਲੀਆਂ ਭਾਰਤੀ ਮਹਿਲਾ ਕ੍ਰਿਕਟਾਂ ਲਈ ਪੇ ਇਕਵਿਟੀ ਨੀਤੀ ਦਾ ਐਲਾਨ ਕਰ ਦਿੱਤਾ ਗਿਆ ਜੀ ਬੀਸੀਸੀਆਈ ਦੀ ਨਵੀਂ ਨੀਤੀ ਤਹਿਤ ਹੁਣ ਮੈਚ ਫੀਸ ਪੁਰਸ਼ਾਂ ਤੇ ਮਹਿਲਾ ਕ੍ਰਿਕਟਰਾਂ ਦੋਵਾਂ ਲਈ ਬਰਾਬਰ ਹੋਵੇਗੀ ਬੀਸੀਸੀਆਈ ਸਕੱਤਰ ਜੈ ਸ਼ਾਣੇਸਵਰ ਨੇ ਇਸ ਬਾਰੇ ਟਵੀਟ ਕਰਕੇ ਜਾਣਕਾਰੀ ਦਿੱਤੀ ਟੈਸਟ ਮੈਚ 15 ਵਨਡੇ ਮੈਚ 16 ਤੇ T20 ਮੈਚ 3 ਲੱਖ ਰੁਪਏ ਦੀ ਫੀਸ ਇਹਨਾਂ ਨੂੰ ਮਿਲੇਗੀ ਕੈਨੇਡਾ ਦੇ ਵਿੱਚ ਪ੍ਰਵਾਸੀਆਂ ਦੀ ਵਸੂ 83 ਲੱਖ ਤੋਂ ਟੱਪੀ ਸੋ ਕੈਨੇਡਾ ਦੇ ਵਿੱਚ ਪ੍ਰਵਾਸੀਆਂ ਦੀ ਗਿਣਤੀ 83 ਲੱਖ ਤੋਂ ਟੱਪ ਗਈ ਹੈ ਇਨ੍ਹਾਂ ਵਿੱਚ ਸਭ ਤੋਂ ਵੱਧ 18.6 ਫੀਸਦੀ ਭਾਰਤੀ ਦੱਸੇ ਜਾ ਰਹੇ ਹਨ 2021 ਦੀ ਮਰਦਮਸ਼ੁਮਾਰੀ ਦੇ ਅੰਕੜਿਆਂ ਮੁਤਾਬਕ ਕੈਨੇਡਾ ਦੀ ਕੋਲ ਆਬਾਦੀ ਦਾ 23 ਫੀਸਦੀ ਪ੍ਰਵਾਸੀ ਰਹਿ ਰਹੇ ਹਨ ਤੇ ਇਸ ਵੇਲੇ ਕੈਨੇਡਾ ਚ ਆ ਰਹੇ ਹਰ 5 ਲੋਕਾਂ ਦੇ ਵਿੱਚੋਂ ਇੱਕ ਪ੍ਰਵਾਸੀ ਦਾ ਜਨਮ ਭਾਰਤ ਦੇ ਵਿੱਚ ਹੋਇਆ ਹੈ 2016 ਤੋਂ 2021 ਦੇ ਦਰਮਿਆਨ ਹਰ 5 ਨਵੇਂ ਕਾਮਿਆਂ ਦੇ ਵਿੱਚੋਂ 4 ਪ੍ਰਵਾਸੀ ਹਨ ਤੇ ਇਹ ਅੰਕੜਾ ਦੇਖ ਕੇ ਆਖਿਆ ਜਾ ਸਕਦਾ ਹੈ ਕਿ ਦੇਸ਼ ਤੇ ਆਰਥਿਕ ਵਿਕਾਸ ਤੋਂ ਕਿੰਨਾ ਵੱਡਾ ਯੋਗਦਾਨ ਪ੍ਰਵਾਸੀਆਂ ਦੇ ਵੱਲੋਂ ਪਾਇਆ ਜਾ ਰਿਹਾ ਹੈ। ਹੈਰਾਨੀਜਨਕ ਮਾਮਲਾ ਹੈ ਜੀ ਵਿਆਹ ਸਮਾਗਮਾਂ ਚ ਰਸਗੁੱਲੇ ਨੂੰ ਲੈ ਕੇ ਹੋਇਆ ਝਗੜਾ ਇੱਕ ਦੀ ਮੌਤ ਹੈ ਜੀ ਉੱਤਰ ਪ੍ਰਦੇਸ਼ ਦੇ ਵਿੱਚ ਹੈਰਾਨ ਕਰ ਦੇਣ ਵਾਲਾ। ਮਾਮਲਾ ਸਾਹਮਣੇ ਆਇਆ ਜੀ ਸ਼ਹਿਰ ਦੇ ਇਤਮਾਦਪੁਰ ਥਾਣਾ ਖੇਤਰ ਦੀਨਪੰਦੇ ਕਸਬੇ ਵਿੱਚ ਇੱਕ ਵਿਆਹ ਸਮਾਗਮ ਦੌਰਾਨ ਰਸਗੁੱਲੇ ਨੂੰ ਲੈ ਕੇ ਝਗੜਾ ਹੋ ਗਿਆ ਜਿਸ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਤੇ ਦੂਜਾ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਿਆ। ਪੁਲਿਸ ਮੁਤਾਬਕ ਬੁੱਧਵਾਰ ਦੀ ਰਾਤ ਆਗਰਾ ਇਤ ਮਾਦਪੁਰ ਕਸਬੇ ਦੇ ਬਾ ਨਾਇਕ ਭਵਨ ਤੇ ਖੰਡੋਲੀ ਕਾਰੋਬਾਰੀ ਵਕਾਰ ਦੇ ਪੁੱਤਰ ਜਵੇਦ ਤੇ ਰਾਸ਼ਿਦ ਦਾ ਨਿਕਾਹ ਹੋ ਰਿਹਾ ਸੀ ਜਦੋਂ ਇਹ ਛਤਰ ਪੋਲਾ ਹੋ ਗਿਆ ਕੈਨੇਡਾ ਚੋਂ ਦੋ ਸਿੱਖ ਬੱਚਿਆਂ ਦੀ ਮੌਤ ਤੋਂ ਬਾਅਦ ਸੜਕਾਂ ਤੇ ਉਤਰੇ ਲੋਕ ਕੀਤਾ ਰੋਸ ਪ੍ਰਦਰਸ਼ਨ ਪ੍ਰਦਰਸ਼ਨਕਾਰੀਆਂ ਨੇ ਮੰਗ ਕੀਤੀ ਕਿ ਘਰੇਲੂ ਹਿੰਸਾ ਖਿਲਾਫ ਤੁਰੰਤ ਕਾਰਵਾਈ ਕੀਤੀ ਜਾਵੇ ਹਾਲੀ ਦੇ ਵਿੱਚ ਇੰਡੋ ਕੈਨੇਡੀਅਨ ਸਿੱਖਾਂ ਉੱਤੇ ਉਸਦੇ ਦੋ ਬੱਚਿਆਂ ਉੱਤੇ ਕਤਲ ਮੌਤ ਦੇ ਕਤਲ ਦੇ ਦੋਸ਼ਾਂ ਲਏ ਜਾਣ ਤੋਂ ਬਾਅਦ ਘਰੇਲੂ ਹਿੰਸਾ ਦੇ ਵਧਰੇ ਮਾਮਲਿਆਂ ਦੇ ਵਿਰੋਧ ਚ ਮਾਨਟਰੀਅਲ ਚ ਲੋਕ ਸੜਕਾਂ ਤੇ ਉਤਰ ਆਏ ਹਨ ਰੋਹਿਤ ਸ਼ਰਮਾ ਨੇ ਤਿੰਨ ਸ਼ੱਕੇ ਲਾ ਕੇ ਤੋੜਿਆ ਯੂਵਰਾਜ ਸਿੰਘ ਦਾ ਰਿਕਾਰਡ ਕ੍ਰਿਸ ਗਿਲ ਅਤੇ ਤੰਦੂਕਲ ਦੇ ਇਸ ਰਿਕਾਰਡ ਦੀ ਕੀਤੀ ਬਰਾਬਰੀ ਰੋਹਿਤ ਸ਼ਰਮਾ ਨੇ ਪਹਿਲਾਂ ਨੀਦਰਲੈਂਡ ਦੇ ਖਿਲਾਫ 35 ਗਿੱਡਾਂ ਚੋਂ ਅਰਧ ਸੈਂਕੜਾ ਪੂਰਾ ਕੀਤਾ ਉਹ 39 ਗਿੱਡਾਂ ਦੇ ਵਿੱਚ ਤਿੰਨ ਸ਼ੱਕੇ ਤੇ ਚਾਰ ਚੌਕਿਆਂ ਦੀ ਮਦਦ ਨਾਲ 359 ਦੌੜਾਂ ਬਣਾ ਕੇ ਕੈਚ ਆਊਟ ਹੋ ਗਏ ਪੇਤਾ ਲਾਉਂਦੇ ਸੀ ਸਾਈਕਲ ਤੇ ਕਪੜੇ ਵੇਚਣ ਲਈ ਪਿੰਡ-ਪਿੰਡ ਫੇਰੀ ਤੀਨੇ ਜੱਜਬਾਨ ਵਧਾਇਆ ਮਾਨਸੂਖਾ ਬਰ ਜਲੰਧਰ ਤੋਂ ਜਿੱਥੇ ਜਲੰਧਰ ਦੇ 도코ਹਾ ਪਿੰਡ ਚ ਰਹਿਣ ਵਾਲੀ ਜਸਮੀਤ ਕੌਰ ਨੇ ਆਪਣੇ ਮਾ ਮਾਪਿਆਂ ਦੇ ਨਾਲ ਨਾਲ ਪੂਰੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਜਸਮੀਤ ਕੌਰ ਬੇਹੱਦ ਸਧਾਰਨ ਪਰਿਵਾਰ ਦੇ ਨਾਲ ਸਬੰਧਤ ਹੈ ਜਿਸ ਨੇ ਜੱਜ ਬਣ ਕੇ ਆਪਣੇ ਪੂਰੇ ਪਰਿਵਾਰ ਦਾ ਨਾਮ ਰੌਸ਼ਨ ਕੀਤਾ ਹੈ ਐਕਸਕਲੂਸਿਵ ਨਿਊਜ਼ ਹੈ ਜੀ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਸੰਬੰਧੀ ਸਰਕਾਰ ਦੀ ਨਵੀਂ ਪਾਲਿਸੀ ਨੂੰ ਰਾਖਵਾ ਕਰਨ ਬਨ ਰਿਹਾ ਵੱਡਾ ਮੁੱਦਾ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ 8736 ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਲਈ ਜਿਹੜੀ ਸਪੋਲਿਸੀ ਬਣਾਈ ਗਈ ਉਸ ਵਿੱਚ ਸਰਕਾਰ ਵੱਲੋਂ ਜਨਤਾ ਵੱਡੀ ਪੁੱਲ ਹੋਈ ਜਾਪਦੀ ਹੈ ਜਾਂ ਇਹ ਕਾਰਾ ਜਾਣਬੁੱਝ ਕੇ ਕੀਤਾ ਗਿਆ ਦਰ ਅਸਲ ਪੰਜਾਬ ਸਰਕਾਰ ਨੇ ਮੁਲਾਜ਼ਮਾਂ ਨੂੰ ਪੱਕਿਆ ਕਰਨ ਲਈ ਜਿਹੜੀ ਨਵੀਂ ਨਵੀਂ ਪਾਲਿਸੀ ਬਣਾਈ ਉਸ ਦੇ ਵਿੱਚ ਮਹਿਲਾਵਾਂ ਪਛੜੀਆਂ ਸ਼੍ਰੇਣੀਆਂ ਨੂੰ ਸੂਚਿਤ ਜਾਤੀਆਂ ਫੌਜੀਆਂ ਦਿਵਿਆਂਗ ਸ਼੍ਰੇਣੀ ਨੂੰ ਆਖੋ ਪਰੋਖੇ ਕਰ ਦਿੱਤਾ ਗਿਆ ਹੈ ਸਰਕਾਰ ਵੱਲੋਂ ਕੀਤੀ ਗਈ ਇਸ ਕੋਤਾਹੀ ਸਿੱਧੇ ਤੌਰ ਤੇ ਭਾਰਤੀ ਸੰਵਿਧਾਨ ਦੀ ਉਲੰਘਣਾ ਹੈ 28 ਤੋਂ 31 ਅਕਤੂਬਰ ਤੱਕ ਪਾਰੀਮੀਨ ਦੀਆਂ ਚੇਤਾਵਨੀਆਂ ਜੀ ਆਪਣੇ ਸੂਬੇ ਦਾ ਮੌਸਮ ਦਾ ਹਾਲ ਜਾਣਨ ਦੇ ਲਈ ਚੈਨਲ ਤੇ ਪਾਈ ਹੋਈ ਸ਼ਾਰਟ ਵੀਡੀਓ ਦੇਖ ਸਕਦੇ ਹੋ ਜੀ ਦੇਸ਼ ਦੇ ਵਿੱਚੋਂ ਮਾਨਸੂਨ ਦੇ ਜਾਣ ਤੋਂ ਬਾਅਦ ਬੰਗਾਲ ਦੀ ਖਾੜੀ ਵਿੱਚੋਂ ਚੱਕਰਵਾਤ ਸੇ ਤਰੰਗ ਦਾ ਖਤਕਾ ਖਤਰਾ ਵੀ ਪੂਰੀ ਤਰ੍ਹਾਂ ਨਾਲ ਟਲ ਗਿਆ ਤੇ ਮੌਸਮ ਚੂ ਅਚਾਨਕਈ ਤਬਦੀਲੀ ਦੀ ਕਾਰਨ ਕਈ ਇਲਾਕਿਆਂ ਚ ਬਾਰਿਸ਼ ਹਾਲੇ ਖਤਮ ਨਹੀਂ ਹੋਈ ਗੱਲ ਪੰਜਾਬ ਦੀ ਕਰੀਏ ਤਾਂ ਜੀ ਅਪਡੇਟ ਚੈਨਲ ਤੇ ਪਾਈ ਹੋਈ ਸ਼ਾਰਟ ਵੀਡੀਓ ਨੂੰ ਤੁਸੀਂ ਚੈੱਕ ਕਰ ਸਕਦੇ ਹੋ ਬੀਬੀ ਜਗੀਰ ਕੌਰ ਦੇ ਬਿਆਨ ਉੱਤੇ ਭਾਗੀ ਸਿਆਸਤ ਐਸਜੀਪੀਸੀ ਦਾ ਵੱਡਾ ਬਿਆਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਲੈ ਕੇ ਬੀਬੀ ਜ਼ਗੀਰਕੌਰ ਵੱਲੋਂ ਦੇ ਬਿਆਨ ਉੱਤੇ ਕਮੇਟੀ ਦੇ ਮੈਂਬਰਾਂ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਕਦੇ ਵੀ ਲਫਾਫੇ ਚੁਣੀ ਨਿਕਲਿਆ ਨਾਲ ਹੀ ਉਹਨਾਂ ਨੇ ਕਿਹਾ ਕਿ ਬੀਬੀ ਬਿਆ ਜ਼ਗੀਰਕੌਰ ਦੇ ਬਿਆਨ ਨੂੰ ਤੋੜ ਮੋੜ ਕੇ ਜਿਹੜਾ ਪੇਸ਼ ਕੀਤਾ ਗਿਆ ਹੈ ਗਰੇਵਾਲ ਨੇ ਕਿਹਾ ਕਿ ਬੀਬੀ ਜ਼ਗੀਰਕੌਰ ਦੇ ਬਿਆਨ ਨੇ ਤੇ ਕਿਹਾ ਕਿ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਕਦੇ ਵੀ ਲਫਾਫੇ ਚੁਣੀ ਨਿਕਲਦਾ ਸਰਗੋਂ ਕਿ ਇਹ ਸੁਭਾਵਿਕ ਪ੍ਰਕਿਰਿਆ ਹੈ ਬੀਬੀ ਜੀ ਕੋਰਕੌਰ ਨੇ ਜਿਸ ਢੰਗ ਨਾਲ ਗੱਲ ਆਖੀ ਆ ਉਹਨਾਂ ਨੂੰ ਨਹੀਂ ਪਤਾ ਪਰ ਬੀਬੀ ਜੀ ਗੀਰਕੌਰ ਦੇ ਬਿਆਨਾਂ ਨੂੰ ਤੋੜ ਮੋੜ ਕੇ ਪੇਸ਼ ਕੀਤਾ ਜਾ ਰਿਹਾ ਹੈ। ਰਾਹੁਲ ਗਾਂਧੀ ਨੇ ਮਾਂ ਸੂਨੀਆ ਗਾਂਧੀ ਲਈ ਲਿਖੀ ਇੱਕ ਭਾਵਕ ਪੋਸਟ ਕਿਹਾ ਦਾਦੀ ਇਸ ਵਾਰ ਇੱਕ ਵਾਰ ਮੈਨੂੰ ਕਿਹਾ ਸੀ ਸੋ ਮਲਕਾ ਰਜਨ ਖੜਗੇ ਨੇ ਕਾਂਗਰਸ ਪ੍ਰਧਾਨ ਦਾ ਅਹੁਦਾ ਸੰਭਾਲਿਆ ਤੇ 23 ਸਾਲਾਂ ਤੱਕ ਕਾਂਗਰਸ ਦੀ ਕਮਾਨ ਸੰਭਾਲਣ ਵਾਲੀ ਸੋਨੀਆ ਗਾਂਧੀ ਅਹੁਦੇ ਤੋਂ ਮੁਕਤ ਹੋ ਗਈ ਆ ਬੁੱਧਵਾਰ ਨੂੰ ਰਾਹੁਲ ਗਾਂਧੀ ਪ੍ਰਿੰਕਾ ਗਾਂਧੀ ਸਮੇਤ ਕਾਂਗਰਸ ਦੇ ਸਾਰੇ ਸੀਨੀਅਰ ਨੇਤਾਵਾਂ ਨੇ ਸੋਨੀਆ ਗਾਂਧੀ ਦੇ ਕਾਰਜਕਾਲ ਨੂੰ ਯਾਦ ਕੀਤਾ ਤੇ ਆਪਣੇ ਅਨੁਭਵ ਸਾਂਝੇ ਕੀਤੇ ਕਾਂਗਰਸ ਸੰਸਦ ਰਾਹੁਲ ਗਾਂਧੀ ਨੇ ਆਪਣੀ ਮਾਂ ਸੋਨੀਆ ਗਾਂਧੀ ਦਾਦੀ ਇੰਦਰਾ ਗਾਂਧੀ ਬਾਰੇ ਭਾਵਕ ਪੋਸਟ ਲਿਖੀ ਹੈ 25 ਸਾਲ ਈਸਾਈ ਧਰਮ ਚ ਰਹਿਣ ਮਗਰੋਂ ਸਿੱਖ ਧਰਮ ਚ ਸ਼ਾਮਲ ਹੋਇਆ ਵਿਅਕਤੀ ਸੂ ਪੰਜਾਬ ਦੇ ਬਹੁਤ ਸਾਰੇ ਇਲਾਕੇ ਅਜਿਹੇ ਨੇ ਜਿੱਥੇ ਲੋਕ ਵਹਿਮਾ ਪਰਮਾਜੂ ਪੈ ਕੇ ਆਪਣੇ ਧਰਮ ਨੂੰ ਛੱਡ ਕੇ ਈਸਾਈ ਧਰਮ ਅਪਣਾਰੇ ਹਨ ਤੇ ਵਹਿਮਾ ਪਰਮਾਜੂ ਨਿਕਲਣ ਤੋਂ ਬਾਅਦ ਹੁਣ ਉਹਨਾਂ ਲੋਕਾਂ ਨੇ ਵਾਪਸ ਆਪਣੇ ਧਰਮਾਂ ਦੇ ਵਿੱਚ ਆਉਣਾ ਸ਼ੁਰੂ ਕਰ ਦਿੱਤਾ ਹੈ ਕੈਨੇਡਾ ਦੇ ਵਿੱਚ ਫੜੀ ਗਈ 2.2 ਕਰੋੜ ਡਾਲਰ ਦੀ ਨਸ਼ੇ ਦੀ खेप ਤਿੰਨ ਪੰਜਾਬੀਆਂ ਸਮੇਤ ਪੰਜ ਡਰੱਗ ਸਮਗਲਰ ਗ੍ਰਿਫਤਾਰਾ ਜੀ ਹਾਲੀ ਦੇ ਵਿੱਚ ਕੈਨੇਡਾ ਦੇ ਪੀਲ ਰੀਜਨਲ ਪੁਲਿਸ ਨੇ ਵੱਡੀ ਕਾਮਯਾਬੀ ਹੱਥ ਲੱਗੀ ਆ ਜੀ ਪੀਲ ਰੀਜਨਲ ਪੁਲਿਸ ਨੇ ਇੱਕ ਕਾਰਵਾਈ ਦੇ ਦੌਰਾਨ ਤਿੰਨ ਪੰਜਾਬੀਆਂ ਸੋਨੇ ਪੰਜ ਨਸ਼ਾ ਸਮਗਲਰਾਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਕੋਲ 2.5 ਕਰੋੜ ਡਾਲਰ ਤੋਂ ਵੱਧ ਨਸ਼ੇ ਦੀ ਖੇਪ ਬਰਾਮਦ ਆ ਜੀ ਪੰਜੋ ਨਸ਼ਾ ਤਸਕਰ ਅਮਰੀਕਾ ਤੋਂ ਟਰਾਂਸਪੋਰਟ ਦੇ ਧੰਦੇ ਦੀ ਆੜ ਵਿੱਚ ਇਹ ਕਾਰੋਬਾਰ ਕਰਦੇ ਸਨ ਤੇ ਨਸ਼ਾ ਅਮਰੀਕਾ ਤੋਂ ਲਿਆ ਕੇ ਕੈਨੇਡਾ ਦੇ ਵਿੱਚ ਵੇਚਦੇ ਸੀ ਇਨਾ ਨਸ਼ਾ ਤਸਕਰਾਂ ਕੋਲੋਂ 70000 ਡਾਲਰ ਜਿਹੜੇ ਡਰੱਗ ਮਨੀ ਵੀ ਬਰਾਮਦ ਕੀਤੀ ਗਈ ਹੈ। ਅਹਿਮ ਖਬਰਾਂ ਦੀ ਪੰਜਾਬ ਦੇ ਵਿੱਚ ਮੱਡੇ ਮੀਲ ਨੂੰ ਲੈ ਕੇ ਸਰਕਾਰੀ ਸਕੂਲਾਂ ਨੂੰ ਜਾਰੀ ਹੋਏ ਹੁਕਮ ਵੱਖ-ਵੱਖ ਮਦਾ ਖਾਣਾ ਬਣਾਉਣ ਦੀ ਲਾਗਤ ਰਸੋਈਏ ਦਾ ਮਿਹਨਤਾਨਾ ਖਾਣ ਪੀਣ ਦਾ ਸਮਾਨ ਤੇ ਐਮ ਐਮਈ ਦੀ ਤਨਖਾਹ ਆਦ ਪੀਐਫ ਐਮਐਸ ਪੋਰਟਲ ਦੇ ਲਿਮਟਡ ਰੂਪ ਚ ਜਾਰੀ ਕੀਤੇ ਗਏ ਹਨ ਪੈਂਚਰ ਲਾਉਣ ਵਾਲੇ ਦੀ 500 ਚ ਨਿਕਲੀ 3 ਕਰੋੜ ਦੀ ਲਾਟਰੀ ਕਿਹਾ ਹੁਣ ਸੁਪਨੇ ਹੋਣਗੇ ਸਰਕਾਰ ਸਕਾਰ ਡੀਅਰ ਲਾਟਰੀ ਬੰਪਰ ਨੂੰ ਜਿੱਤ ਕੇ ਹਸ਼ਿਆਰਪੁਰ ਦੇ ਪੈਂਚਰ ਲਾਉਣ ਵਾਲੇ ਸ਼ਖਸ਼ ਪਰਮੇਂਦਰ ਸਿੰਘ ਦੀ ਕਿਸਮਤ ਬਦਲ ਚੁੱਕੀ ਆ ਪਰਮੇਂਦਰ ਸਿੰਘ ਦਾ ਕਹਿਣਾ ਕਿ ਉਸ ਨੂੰ ਯਕੀਨ ਨਹੀਂ ਹੋ ਰਿਹਾ ਕਿ ਉਹ ਲਾਟਰੀ 3 ਕਰੋੜ ਰੁਪਏ ਜਿੱਤ ਚੁੱਕਾ ਹੈ ਸ ਹੁਣ ਤੱਕ 1800 ਲੋਕਾਂ ਨੂੰ ਕਰੋੜਪਤੀ ਬਣਾ ਚੁੱਕੀ ਹੈ ਤੇ ਕਿਸਮਤ ਪਰਮਿੰਦਰ ਦੀ ਨਿਕਲੀ 15 ਅਕਤੂਬਰ ਨੂੰ ਡਰਾ ਦੇ ਵਿੱਚ 3 ਕਰੋੜ ਦੀ ਲਾਟਰੀ ਨਿਕਲੀ ਹੈ ਨਾਗਾਲੈਂਡ ਸਟੇਟ ਦੀ ਲਾਟਰੀ ਨੂੰ ਪਰਮਿੰਦਰ ਨੂੰ ਕਰੋੜਪਤੀ ਬਣਾ ਦਿੱਤਾ ਹੈ ਪਿੰਡ ਦੇ ਦੌਰੇ ਤੇ ਆਏ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਨੂੰ ਨਸ਼ੇ ਨਾਲ ਪੁੱਤ ਨੂੰ ਗਵਾ ਕੇ ਬੈਠੇ ਮਜ਼ਦੂਰ ਵਿਅਕਤੀ ਨੇ ਪਾਈਆਂ ਲਹਣਤਾਂ ਹਲਕਾ ਗੁਰੂ ਹਰ ਸਾਹਿਬ ਦੇ ਵਿਦਾਇਗਤ ਕੈਬਨਿਟ ਮੰਤਰੀ ਫੌਜਦ ਸਿੰਘ ਸਰਾਰੀ ਵੱਲੋਂ ਮਮਦੂਟ ਬਲਾਕ ਦੇ ਵੱਖ-ਵੱਖ ਪਿੰਡਾਂ ਦਾ ਦੌਰਾ ਕੀਤਾ ਗਿਆ ਤੇ ਮੁਸ਼ਕਲਾਂ ਲੋਕਾਂ ਦੀਆਂ ਸੁਣੀਆਂ ਗਈਆਂ ਲੋਕਾਂ ਦੀਆਂ ਮੁਸ਼ਕਲਾਂ ਦੇ ਨਾਲ ਪਿੰਡ ਚ ਬਾਤੀ ਵਿਖੇ ਪਹੁੰਚਣ ਤੇ ਇਲਾਕੇ ਚ ਸ਼ਰਿਆਮ ਵਿਖ ਰਹੇ ਨਸ਼ੇ ਨੂੰ ਲੈ ਕੇ ਇੱਕ ਮਜ਼ਦੂਰ ਵੱਲੋਂ ਲਾਂਤਾਂ ਪਾਈਆਂ ਗਈਆਂ ਉਹਨਾਂ ਨੇ ਕਿਹਾ ਕਿ ਮੇਰਾ ਇੱਕ ਪੁੱਤਰ ਮਰ ਗਿਆ ਦੂਜੇ ਦੀ ਤਿਆਰੀ ਆ ਪੁਲਿਸ ਪ੍ਰਸ਼ਾਸਨ ਸਰਕਾਰ ਕੋਈ ਨਹੀਂ ਕਰ ਰਿਹਾ ਅਮਰੀਕਾ ਦੇ ਪਹਿਲੇ ਦਸਤਾਰਦਾਰੀ ਸਿੱਖ ਪੁਲਿਸ ਅਧਿਕਾਰੀ ਦੀ ਹੱਤਿਆ ਕਰਨ ਵਾਲੇ ਨੂੰ ਮੌਤ ਦੀ ਸਜ਼ਾ ਸੋ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ। ਖਬਰ ਚੰਡੀਗੜ੍ਹ ਤੋਂ ਆ ਜਿੱਥੇ ਸ਼ਰਾਬ ਦੀ ਫੈਕਟਰੀ ਨੂੰ ਭਿਆਨਕ ਅੱਗ ਲੱਗੀ ਹੈ ਜੀ ਚੰਡੀਗੜ੍ਹ ਦੇ ਫੇਜ਼ 1 ਸਥਿਤ ਇੰਡਸਟਰੀਅਲ ਏਰੀਆ 'ਚੋਂ। ਸ਼ਰਾਬ ਦੀ ਫੈਕਟਰੀ ਨੂੰ ਭਿਆਨਕ ਅੱਗ ਲੱਗ ਗਈ ਹੈ ਤੇ ਅੱਗ ਲੱਗਣ ਦੇ ਨਾਲ ਫੈਕਟਰੀ ਦੀ ਇਮਾਰਤ ਦੀਆਂ ਤਿੰਨੋਂ ਮੰਜ਼ਲਾਂ ਨੂੰ ਆਪਣੀ ਲਪੇਟ ਦੇ ਵਿੱਚ ਲੈ ਲਿਆ ਤੇ ਫਾਰ ਬਰਗੇਡ ਦੇ ਕਰਮਚਾਰੀ 2 ਘੰਟਿਆਂ ਚੋਂ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ ਨੋਟਾਂ ਦੇ ਤਸਵੀਰ ਬਦਲ ਨੂੰ ਲੈ ਕੇ ਆਇਆ ਸਿਆਸੀ ਪੁਚਾਲ ਕੇਜਰੀਵਾਲ ਤੋਂ ਬਾਅਦ ਹੁਣ ਕਾਂਗਰਸ ਨੇ ਰੱਖੀ ਮੰਗ ਸਿਆਸੀ ਪਾਰਟੀਆਂ ਵੱਲੋਂ ਵੱਖ-ਵੱਖ ਮੰਗਾਂ ਸਾਹਮਣੇ ਆ ਰਹੀਆਂ ਨੇ ਕਾਂਗਰਸ ਆਗੂ ਮਨੀਸ਼ ਤਿਵਾੜੀ ਨੇ ਕਿਹਾ ਹੈ ਕਿ ਡਾਕਟਰ ਬਾਬਾ ਸਾਹਿਬ ਅੰਬੇਦਕਰ ਦੀ ਤਸਵੀਰ ਕਿਉਂ ਨਹੀਂ ਲਾਈ ਜਾ ਰਹੀ ਇੱਕ ਪਾਸੇ ਹੱਤਪੰਗਾਂ ਦੇ ਦੂਜੇ ਪਾਸੇ ਡਾਕਟਰ ਅੰਬੇਦਕਰ ਤਿਵਾੜੀ ਨੇ ਕਹਿ ਕਿ ਅਹਿੰਸਾ ਸਵਿਧਾਨਵਾਦ ਅਤੇ ਸਮਾਨਤਾਵਾਦਾਂ ਦੀ ਵਿਲੱਖਣ ਸੰਗ ਚ ਉਲੀਨ ਹੈ ਐਨਓਸੀ ਨਾ ਮਿਲਣ ਤੇ ਜਨਤਾ ਬੇਹਾਲ ਮਹੀਨਿਆਂ ਤੋਂ ਗਿੜੇ ਮਾਰ ਰਿਹਾ ਲੋਕਾਂ ਨੇ ਕੱਢੀ ਆਪਣੀ ਪੜਾਅ ਸੋ ਵੱਡੀ ਖਬਰ ਹੈ ਜੀ ਕਿ ਦਿਨਾਂ ਚੋਂ ਆਨਲਾਈਨ ਪੋਰਟਲ ਰਾਹੀਂ ਬਿਨੈਕਾਰਾਂ ਨੂੰ ਐਨਓਸੀ ਹਾਸਲ ਹੋਵੇਗੀ ਇਸ ਸੰਬੰਧੀ ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਸੋਸ਼ਲ ਮੀਡੀਆ ਤੇ ਬਕਾਇਦਾ ਇੱਕ ਬਿਆਨ ਜਾਰੀ ਕੀਤਾ ਗਿਆ ਪਰ ਹਾਲੇ ਤੱਕ ਐਨਓਸੀ ਆਨਲਾਈਨ ਇੱਕ ਵੀ ਬਿਨੇਕਾਰ ਨੂੰ ਜਾਰੀ ਨਹੀਂ ਹੋਈ ਜਿਸ ਕਰਕੇ ਲੋਕਾਂ ਦਫ਼ਤਰਾਂ ਦੇ ਚੱਕਰ ਮਾਰ ਰਹੇ ਨੇ ਤੇ ਉਹਨਾਂ ਦੇ ਹੱਥ ਸਿਰਫ ਨਿਰਾਸ਼ਾ ਹੀ ਲੱਗ ਰਹੀ ਹੈ ਪੰਜਾਬ ਦੇ ਵਿੱਚ ਅਗਲੇ ਮਹੀਨੇ ਸਿਵਲ ਸਕੱਤਰੇਤ ਚੰਡੀਗੜ੍ਹ ਹੋਵੇਗਾ ਸੋਨਸਾਨ ਕੇਂਦਰੀ ਚੋਣ ਕਮਿਸ਼ਨ ਵੱਲੋਂ ਅਗਲੇ ਦਿਨ ਵਿੱਚ ਗੁਜਰਾਤ ਦੀਆਂ ਵਿਧਾਨ ਸਭਾ ਚੋਣਾਂ ਕਰਵਾਉਣ ਦਾ ਐਲਾਨ ਕਰ ਦਿੱਤਾ ਜੀ ਮੁੱਖ ਮੰਤਰੀ ਭਗਵੰਤ ਮਾਨ ਸੀਨੀਅਰ ਮੰਤਰੀ ਗੁਜਰਾਤ ਲਈ ਰਵਾਨਾ ਹੋਣਗੇ ਕੇਂਦਰੀ ਚੋਣ ਕਮਿਸ਼ਨ ਵੱਲੋਂ ਗੁਜਰਾਤ ਵਿਧਾਨ ਸਭਾ ਚੋਣਾਂ ਦਾ ਐਲਾਨ ਨਵੰਬਰ ਦੇ ਪਹਿਲੇ ਹਫਤੇ ਕੀਤਾ ਜਾਣ ਦੀ ਸੰਭਾਵਨਾ ਹੈ ਇਸ ਦੇ ਨਾਲ ਚੋਣਾਂ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ ਗੁਜਰਾਤ ਵਿੱਚ ਚੋਣਾਂ ਸੰਪੰਨ ਹੋਣ ਤੋਂ ਬਾਅਦ ਹਿਮਾਚਲ ਪ੍ਰਦੇਸ਼ ਤੇ ਗੁਜਰਾਤ ਵਿਧਾਨ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ ਇਕੱਠੀ ਕੀਤੀ ਜਾਵੇਗੀ ਜੇਲ੍ਹ ਮੈਡੀਕਲ ਅਫਸਰ ਕੈਦੀਆਂ ਨੂੰ ਨਸ਼ਾ ਪਹੁੰਚਾਉਂਦਾ ਗ੍ਰਿਫਤਾਰ ਹਰਜੂਤ ਬੈਂਸ ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਨੇ ਟਵੀਟ ਕੀਤਾ ਟਵੀਟ ਕਰਕੇ ਉਹਨਾਂ ਨੇ ਕਿਹਾ ਕਿ ਸਪੈਸ਼ਲ ਅੰਡਰਕਵਰ ਆਪਰੇਸ਼ਨ ਚੋਂ ਅਸੀਂ ਅੰਮ੍ਰਿਤਸਰ ਜੇਲ੍ਹ ਚੋਂ ਤਾਇਨਾਤ ਜੇਲ੍ਹ ਮੈਡੀਕਲ ਅਫਸਰ ਨੂੰ ਦੋ ਕੈਦੀਆਂ ਨੂੰ 994 ਗ੍ਰਾਮ ਚਿੱਟਾ ਨਸ਼ੀਲਾ ਪਾਊਡਰ ਤੇ ਦੋ ਪੈਕਟ ਪਹੁੰਚਾਉਂਦੇ ਹੋਏ ਰੰਗੇ ਹੱਥੀ ਕਾਬੂ ਕਰ ਲਿਆ ਪਰਾਲੀ ਦਿਨ ਨੇ ਪਟਾਰੇ ਲਈ ਕਾਂਗਰਸ ਸਰਕਾਰ ਵੱਲੋਂ ਲਾਏ ਜਾਣੇ ਸੀ 200 ਬਾਇਓਮਾਸ 2000 18 ਤੋਂ 4 ਸਾਲਾਂ ਦੇ ਵਿੱਚ ਵੀ ਨਹੀਂ ਹੋਏ ਚਾਲੂ ਇਸ ਵਿੱਚ ਇੱਕ ਬਾਇਓਮਾਸ ਪਲਾਂਟ ਵੀ ਹੈ ਤੇ ਪੰਜਾਬ ਪਰ ਦੇ ਵਿੱਚ 200 ਪਲਾਂਟ ਲਾਏ ਜਾਣੇ ਸੀ ਇਸ ਪਲਾਂਟ ਵਿੱਚ ਪਰਾਲੀ ਤੋਂ ਗੰਧਕ ਰਹਿਤ ਕੋਲਾ ਤੇ ਪਸ਼ੂਆਂ ਦਾ ਤਿਆਰ ਆਚਾਰਾ ਬਣਾਇਆ ਜਾਣਾ ਸੀ ਪਰ ਹੋਇਆ ਕੱਖ ਨਹੀਂ ਫਰੀਦਕੋਟ ਜੇਲ੍ਹ ਚ ਬੰਦ ਹਵਾਲਾਤੀ ਪਤੀ ਨੂੰ ਮਿਲਣ ਆਈ ਪਤਨੀ ਕੋਲੋਂ ਬਰਾਮਦ ਹੋਈ ਅਫੀਮ 1.88 ਗ੍ਰਾਮ ਅਫੀਮ ਬਰਾਮਦ ਕੀਤੀ ਗਈ ਜੀ ਆਪਣੇ ਪਤੀ ਨੂੰ ਮਿਲਣ ਲਈ ਜੇਲ੍ਹ ਵਿੱਚ ਆਈ ਸੀ ਫਿਰ ਅਸਮਾਨ ਸ਼ੂਨ ਲਈ ਤਿਆਰ ਸੋਨੇ ਦੀਆਂ ਕੀਮਤਾਂ ਸੁਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜੀ ਸੋਨੇ ਦੀਆਂ ਕੀਮਤਾਂ ਸਮਾਨ ਸ਼ੂਨ ਨੂੰ ਤਿਆਰ ਹੋ ਚੁੱਕੀਆਂ ਨੇ ਜੀ ਦੋ ਹਫ਼ਤਿਆਂ ਦੇ ਸਭ ਤੋਂ ਉੱਚੇ ਪੱਧਰ ਤੇ ਕਾਰੋਬਾਰ ਕਰ ਰਹੀਆਂ ਨੇ ਉਪ ਰਾਸ਼ਟਰਪਤੀ ਨੇ ਪਰਿਵਾਰ ਸਮੇਤ ਸ੍ਰੀ ਹਰਮੰਦਰ ਸਾਹਿਬ ਟੇਕਿਆ ਮੱਥਾ ਤੇ ਪੰਗਤ ਦੇ ਵਿੱਚ ਬੈਠ ਕੇ ਛਕਿਆ ਲੰਗਰ ਡਾਕ ਵਿਭਾਗ ਚ ਸਪੋਰਟ ਸਕੂਟੇ ਤੇ ਨਿਕਲੀ ਬੰਪਰ ਭਰਤੀ 10ਵੀਂ ਪਾਸ ਉਮੀਦਵਾਰ 22 ਨਵੰਬਰ ਤੱਕ ਕਰੋ ਅਪਲਾਈ ਜਿੱਥੇ ਮਲਟੀ ਟਾਸਕਿੰਗ ਟਾਸਕਿੰਗ ਸਟਾਫ ਪੋਸਟਮੈਨ ਡਾਕ ਸਹਾਇਕ ਤੇ ਸ਼ਾਂਟੀ ਸਹਾਇਕ ਦੇ 188 ਸਾਮੀਆਂ ਦੇ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ ਸੜਕ ਤੇ ਪਏ ਟੋਏ ਕਾਰਨ ਖਰਾਬ ਹੋਈ ਸੀ ਕਾਰ ਦੇ ਟਾਇਰ ਕੰਜ਼ਿਊਮਰ ਫੋਰਮ ਨੇ ਟੂਲ ਕੰਪਨੀ ਨੂੰ ਲਾਇਆ ਜੁਰਮਾਨਾ ਸੂ ਪੰਜਾਬ ਦੇ ਵਿੱਚ ਲੁਧਿਆਣਾ ਟੋਲ ਪਲਾza ਚਲਾਉਣ ਵਾਲੀ ਕੰਪਨੀ ਨੂੰ ਸੂਮਾ ਨੂੰ ਖਪਤਕਰ ਫੋਰਮ ਨੇ 50000 ਦਾ ਜੁਰਮਾਨਾ ਠੋਕਿਆ ਸੂ ਜੁਰਮਾਨਾ ਲੁਧਿਆਣਾ ਦੀ ਇੱਕ ਔਰਤ ਦੀ ਸ਼ਿਕਾਇਤ ਕਰਕੇ ਲਾਇਆ ਗਿਆ ਜੀ ਦਰਅਸਲ ਸੜਕ ਚ ਪਏ ਟੋਏ ਕਾਰਨ ਉਸ ਦੀ ਕਾਰ ਦੇ ਟਾਇਰ ਖਰਾਬ ਹੋ ਗਏ ਜਿਸ ਤੋਂ ਬਾਅਦ ਲੁਧਿਆਣਾ ਦੇ ਖਪਤਕਰ ਫੋਰਮ ਚ ਮਾਮਲਾ ਦਰਜ ਕਰਵਾਇਆ ਉਹਨਾਂ ਨੇ ਕਿਹਾ ਕਿ ਟੋਲ ਟੈਕਸ ਭਰਨ ਤੋਂ ਬਾਅਦ ਵੀ ਖਪਤਕਾਰ ਹੈ ਤੇ ਇਹ ਦਲੀਲ ਨੂੰ ਫੋਰਮ ਨੇ ਪ੍ਰਵਾਨ ਕਰ ਲਿਆ ਤੇ 6 ਸਾਲ ਲੜਨਾ ਪਿਆ ਬਾਅਦ ਵਿੱਚ ਉਸ ਨੂੰ 50000 ਰੁਪਏ ਦਾ ਜੁਰਮਾਨਾ ਠੋਕਿਆ ਗਿਆ ਵਿਜੀਲੈਂਸ ਵੱਲੋਂ ਦਾਣਾ ਮੰਡੀਆਂ ਚ ਲੇਬਰ ਤੇ ਟੂ ਆਟਵਾਇ ਦੇ ਟੈਂਟਰਾਂ ਚ ਇੱਕ ਹੋਰ ਕਪੜੇ ਦਾ ਪਰਦਾ ਫਾਸ਼ ਕਰ ਦਿੱਤਾ ਗਿਆ ਜੀ ਫਰੋਜ਼ਪੁਰ ਜ਼ਿਲ੍ਹੇ ਵਿੱਚ ਮਿਲੀ ਭੁਗਤ ਦੇ ਨਾਲ ਠੇਕੇਦਾਰਾਂ ਵੱਲੋਂ ਨਾਜ ਮੰਡੀਆਂ ਚ ਕਣਕ ਦੀ 28 ਵਾਈ ਲੈਬਰ ਕਾਰਟਸ ਅਤੇ ਟਰਾਂਸਪੋਰਟ ਟੈਂਡਰ ਚ ਧੋਖਾਧੜੀ ਦੀ ਇੱਕ ਹੋਰ ਕਪੜੇ ਦਾ ਪਰਦਾ ਫਾਸ਼ ਕੀਤਾ ਹੈ ਇਸ ਵਾਰ ਦੀ ਤਿੰਨ ਠੇਕੇਦਾਰ ਟੈਂਡਰਕਰ ਦਵਿੰਦਰ ਸਿੰਘ ਵਾਸੀ ਫਰੀਦਕੋਟ ਤਲਵੰਡੀ ਪਾਈ ਦੇ ਵਾਸੀ ਦਵਿੰਦਰਪਾਲ ਤੇ ਗੁਰੂ ਸ਼ਕਤੀ ਖਿਲਾਫ ਵਿਜੀਲੈਂਸ ਬਿਊਰੋ ਨੇ ਫਟਾਣਾ ਫਰੋਜ਼ਪੁਰੀ ਵਿੱਚ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ ਭਾਰਤ ਅਤੇ ਚੀਨ ਦਾ ਵਪਾਰ 9 ਮਹੀਨੇ ਵਿੱਚ 100 ਬਿਲੀਅਨ ਡਾਲਰ ਤੋਂ ਪਾਰ ਵਪਾਰ ਘਟਾ ਘਟਾ 75 ਅਰਬ ਡਾਲਰ ਸੋ ਚੀਨ ਦੇ ਜਨਰਲ ਐਡਮਿਨਿਸਟ੍ਰੇਸ਼ਨ ਆਫ ਕਸਟਮ ਦੁਆਰਾ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਭਾਰਤ ਦਾ ਚੀਨ ਨਿਰਯਾਤ 33% ਦੀ ਵਾਧ ਕੇ 99.66 ਅਰਬ ਡਾਲਰ ਹੋ ਗਿਆ ਸੋ ਦੂਜੇ ਪਾਸੇ 9 ਮਹੀਨਿਆਂ ਚ ਭਾਰਤ ਦਾ ਨਿਰਯਾਤ 36.4% ਨਾਲ ਘਟ ਕੇ 13. 97 ਅਰਬ ਡਾਲਰ ਰਹਿ ਗਿਆ ਇਸ ਕਾਰਨ ਕੁੱਲ ਵਪਾਰ ਘਾਟਾ 75.70 ਡਾਲਰ ਅਰਬ ਦਾ ਪਿਆ ਹੈ। ਗਰਦਾਸਪੁਰ ਵਿੱਚ ਦੋ ਕਨਾਲਾਂ ਪਿੱਛੇ ਚੱਲੀਆਂ ਡਾਂਗਾਂ ਸ਼ਰੀਕੇ ਵਿਚਾਲੇ ਹੋਈ ਕਾਨੂੰਨੀ ਝੜਪ ਤੇ ਗਰਦਾਸਪੁਰ ਤੋਂ ਵਾਪਰਿਆ ਭਿਆਨਕ ਹਾਦਸਾ ਕਾਰ ਸਵਾਰ ਪੰਜ ਨੌਜਵਾਨਾਂ 'ਚੋਂ ਦੋ ਦੀ ਮੌਤ ਕਾਰ ਤੇ ਉੱਡੇ ਪਰਖੱਚੇ ਪਰਿਵਾਰ ਲਈ ਆਈ ਕਾਲੀ ਦੀਵਾਲੀ ਧੀ ਨੇ ਸੌਹਰੇ ਕਰ ਲਿਆ ਫਾਹਦ 2 ਸਾਲ ਪਹਿਲਾਂ ਹੋਇਆ ਸੀ ਵਿਆਹ ਕਾਦੀਆਂ ਦੇ ਵਿੱਚ ਨਸ਼ੇ ਦੀ ਓਵਰਡੋਜ਼ ਦੇ ਨਾਲ ਬੁਝਿਆ ਇੱਕ ਹੋਰ ਕਰਾ ਕਰਦਾ ਚਰਾਗਾ ਮੁਲਾਜ਼ਮਾ ਨੇ 1 ਅਕਤੂਬਰ 2022 ਤੋਂ ਮਿਲੇਗਾ 6% ਦੀ ਮੰਗਾਈ ਪੱਤਾ ਸੋ ਇਹ ਵੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜੀ ਦੋਸਤੋ ਅਸੀਂ ਸੂਬੇ ਪੰਜਾਬ ਦੀਆਂ ਆਮ ਅਤੇ ਖਾਸ ਖਬਰਾਂ